ਸਤਿ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪਰਸਾ ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ ਚਰਚਾ ਕਰਾਂਗੇ ਇੱਕ ਜੇ ਅਹਿਮ ਮਸਲੇ ਤੇ ਜਿਸ ਨੇ ਸਿੱਖ ਸਮੁਦਾਏ ਦੀਆਂ ਭਾਵਨਾਵਾਂ ਨੂੰ ਬਲੁੰਦਰ ਕੇ ਰੱਖ ਦਿੱਤਾ ਔਰ ਇਸ ਪ੍ਰਤੀ ਜੋ ਰੋਸ ਹਨ ਉਹ ਸਾਰੇ ਦੇਸ਼ ਵਿੱਚ ਪੰਜਾਬ ਵਿੱਚ ਅਤੇ ਉਸ ਸ਼ਹਿਰ ਵਿੱਚ ਵੀ ਹੋ ਰਿਹਾ ਹਨ ਜਿੱਥੇ ਕੇ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਮੇਰੀ ਸਾਰੇ ਦਰਸ਼ਕਾਂ ਨੂੰ ਇਹ ਗੁਜਾਰਸ਼ ਹੈ ਕਿ ਇਹ ਵੀਡੀਓ ਅਖੀਰ ਤੱਕ ਦੇਖ ਕਰਕੇ ਉਹ ਜ਼ਰੂਰ ਦੇਖਣ ਕਿਉਂਕਿ ਇਸ ਦੇ ਕਈ ਪੜਾ ਹਨ ਤੇ ਵੱਖ-ਵੱਖ ਪੜਾਵਾਂ ਉੱਤੇ ਵੱਖ-ਵੱਖ ਤੱਥ ਪੇਸ਼ ਕੀਤੇ ਗਏ ਤੋਂ ਇਹ ਵੀ ਮੇਰੀ ਗੁਜਾਰਸ਼ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਤਜ਼ਾਰਾ ਕੌਨਸੀ ਕੰਸਟੀਚੁਐਂਸੀ ਹੈ ਰਾਜਸਥਾਨ ਦੀ ਜੋ ਅਲਵਰ ਵਿੱਚ ਪੈਂਦੀ ਇਸ ਵਿੱਚ ਜੋ ਗੁਰੂ ਨਾਨਕ ਸਰ ਗੁਰਦੁਆਰਾ ਇਤਜ਼ਾਰਾ ਵਿੱਚ ਹੈ ਉਥੋਂ ਦੇ ਸਿੱਖਾਂ ਨੇ ਗੁਰਦੁਆਰੇ ਦੇ ਬਾਹਰ ਧਰਨਾ ਦਿੱਤਾ ਹੋਇਆ ਅਤੇ ਉਹਨਾਂ ਦੀ ਪ੍ਰੋਟੈਸਟ ਜਾਨੀ ਪ੍ਰਦਰਸ਼ਨੀ ਜਾਰੀ ਹੈ ਉਹ ਮੰਗੇ ਕਰ ਰਹੇ ਹਨ ਕਿ ਜੋ ਸੰਦੀਪ ਦਾਇਮਾ ਹੈ ਜਿਸ ਨੇ ਕਿ ਇੱਕ ਅਜਿਹੀ ਫਿਰਕਾਪਰਸਤ ਅਤੇ ਕੁੰਖਾਰ ਜੋ ਸਟੇਟਮੈਂਟ ਦਿੱਤੀ ਹੈ ਉਸ ਉੱਪਰ ਉਹ ਸਖਤ ਐਕਸ਼ਨ ਦੀ ਮੰਗ ਕਰ ਰਹੇ ਹਨ ਉਹ ਮੰਗ ਇਸ ਕਰਕੇ ਕਰ ਰਹੇ ਹਨ ਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਮਹੰਤ ਬਲਕਨਾਥ ਜੋ ਕਿ ਮੈਂਬਰ ਪਾਰਲੀਮੈਂਟ ਹਨ ਅਲਵਰ ਤੋਂ ਇਹਨਾਂ ਦੀ ਉਮਰ 39 ਸਾਲ ਹੈ ਜਦੋਂ ਇਹ ਆਪਣੇ ਪੇਪਰ ਤਜਾਰਾ ਅਸੈਂਬਲੀ ਕੰਸਟੀਟੂਐਂਸੀ ਲਈ ਪਰਨ ਆਏ ਤਾਂ ਉਹਨਾਂ ਦੇ ਨਾਲ ਯੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਜੋਗੀ ਜੀ ਵੀ ਸਨ ਅਤੇ ਉਹਨਾਂ ਨੇ ਆਪਣੇ ਜੋ ਨੋਮੀਨੇਸ਼ਨ ਪਰਿਆ ਇਸ ਸੈਪਲੀ ਸੈਗਮੈਂਟ ਉਸ ਉੱਪਰ ਜਿਹੜੀ ਉਹਨਾਂ ਨੇ ਜਦੋਂ ਉਪਜੇ ਤਾਂ ਇਹ ਉਥੋਂ ਦੇ ਵਾਸੀਆਂ ਦਾ ਦੱਸਣਾ ਕਿ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਬੁਲ ਡੋਜ਼ਰ ਲੈ ਕੇ ਤਾਂ ਤਜ਼ਾਰਾ ਵਿੱਚ ਜਿਹਨਾਂ ਦਾ ਦਾਖਲਾ ਹੋਇਆ ਯਾਨੀ ਕਿ ਬੁਲ ਡੋਜ਼ਰ ਜਿਹੜਾ ਸੀਗਾ ਉਹ ਦਹਿਸ਼ਤਗਰਦੀ ਦੀ ਨਿਸ਼ਾਨੀ ਕਿ ਲੋਕਾਂ ਵਿੱਚ ਦਹਿਸ਼ਤ ਫੈਲ ਜਾਏ ਕਿਉਂਕਿ ਉਹ ਇਸ ਕੌਨਸਟਿਟਿਊਐਂਸੀ ਵਿੱਚ ਕੋਈ 80000 ਤੋਂ 90000 ਦੇ ਕਰੀਬ ਮੁਸਲਮਾਨਾਂ ਦੀ ਵੋਟ ਦੱਸੀ ਜਾਂਦੀ ਹੈ ਕਈਆਂ ਦਾ ਕਹਿਣਾ ਹੈ ਕਿ 50 60000 ਹੈ ਚਲੋ ਵੱਡੀ ਗਿਣਤੀ ਹੈ ਉਹਨਾਂ ਦੀ ਔਰ ਸਿੱਖਾਂ ਦੀ ਗਿਣਤੀ ਜੋ ਤਜਾਰਾ ਦੇ ਗੁਰਦੁਆਰੇ ਦੇ ਬਾਹਰ ਧਰਨਾ ਲਾ ਕੇ ਬੈਠਿਆ ਉਹਨਾਂ ਮੁਤਾਬਕ 15 ਤੋਂ 18000 ਦੇ ਕਰੀਬ ਹੈ ਉਹਨਾਂ ਨੂੰ ਇਸ ਗੱਲ ਤੇ ਰੋਸ ਹੈ ਕਿ ਜਦੋਂ ਸੰਦੀਪ ዳਇਮਾ ਨੇ ਇਹ ਗੱਲ ਕਹੀ ਕਿ ਮਸਜਿਦਾਂ ਅਤੇ ਗੁਰਦੁਆਰੇ ਇੱਕ ਨਸੂਰ ਦੀ ਤਰ੍ਹਾਂ ਇੱਥੇ ਵਧਦੇ ਜਾ ਰਹੇ ਆਂ ਅਤੇ ਚੰਗਾ ਹੋਵੇ ਜੇ ਇਹਨਾਂ ਨੂੰ ਇਥੋਂ ਖਤਮ ਕਰ ਦਿੱਤਾ ਜਾਵੇ ਇੱਥੇ ਮੈਂ ਤੁਹਾਡੇ ਜਾਣਕਾਰੀ ਲਈ ਦੱਸਣਾ ਚਾਹਨਾ ਕਿ ਤਜਾਰਾ ਕੌਨਸੀ ਕੰਸਟੀਚੂਐਂਸੀ ਵਿੱਚ 10 ਤੋਂ 15 ਤੱਕ ਗੁਰਦੁਆਰੇ ਦੱਸੇ ਜਾਂਦੇ ਉਸ ਦੇ ਪਿੰਡਾਂ ਵਿੱਚ ਗੁਰਦੁਆਰੇ ਹਨ ਔਰ ਜੋ ਅਲਵਰ ਡਿਸਟ੍ਰਿਕਟ ਹੈ ਉਹਦੇ ਵਿੱਚ ਘੱਡੋ ਘੱਟ 30 ਤੋਂ 35 ਤੱਕ ਗੁਰਦੁਆਰੇ ਦੱਸੇ ਜਾਂਦੇ ਹਨ ਅਤੇ ਸਿੱਖਾਂ ਦੀ ਵੱਡੀ ਗਿਣਤੀ ਹੈ ਸੋ ਇਹ ਜੋ ਸਟੇਟਮੈਂਟ ਸੰਦੀਪ ዳਇਮਾ ਨੇ ਦਿੱਤੀ ਇਹ ਉਸ ਸਮੇਂ ਦਿੱਤੀ ਜਦੋਂ ਨਾਮੀਨੇਸ਼ਨ ਭਰਨ ਤੋਂ ਬਾਅਦ ਇੱਕ ਵੱਡੀ ਕਾਨਫਰੰਸ ਕੀਤੀ ਗਈ ਸਟੇਜ ਸਜਾਈ ਗਈ ਜਿਸ ਸਟੇਜ ਤੇ ਯੂਪੀ ਦੇ ਮੁੱਖ ਮੰਤਰੀ ਅਦਿਤਿਆਨਾਥ ਯੋਗੀ ਬੈਠੇ ਸਨ ਅਤੇ ਉਹਨਾਂ ਦੇ ਨਾਲ ਬਾਲਕਨਾਥ ਮੰਤਰੀ ਜੀ ਬੈਠੇ ਸਨ ਅਤੇ ਉਹਨਾਂ ਦੇ ਨਾਲ ਸੰਦੀਪ ዳਇਮਾ ਵੀ ਸਟੇਜ ਤੇ ਬ੍ਰੇਜ ਮਾਨਸੀ ਇਹ ਜੋ ਭਾਸ਼ਣ ਉਸਨੇ ਦਿੱਤਾ ਉਸ ਭਾਸ਼ਣ ਵਿੱਚ ਇਹ ਨਸੂਰ ਵਾਲੀ ਗੱਲ ਅਤੇ ਇਹਨਾਂ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਨ ਵਾਲੀ ਜੋ ਸਪੀਚ ਉਸਨੇ ਦਿੱਤੀ ਜਦੋਂ ਉਸਨੇ ਇਹ ਗੱਲ ਕਹੀ ਤਾਂ ਉਸ ਟਾਈਮ ਸਟੇਜ ਤੇ ਬੈਠੇ ਹੋਏ ਅਦਿੱਤਿਆਨਾਥ ਜੋਗੀ ਜੀ ਨੇ ਵੀ ਤਾੜੀਆਂ ਵਜਾਈਆਂ ਅਤੇ ਨਾਲ ਹੀ ਮਹਾਂਤ ਬਲਗਨਾਥ ਨੇ ਜੋ ਕਿ ਇਸ ਕੌਨਸਟੀਚੁਐਂਸੀ ਦੇ ਚੋਣ ਲੜ ਰਿਹਾ ਇਹ ਦੋਸ਼ ਮੇਰਾ ਨਹੀਂ ਹੈ ਮੈਂ ਨਹੀਂ ਲਾ ਰਿਹਾ ਇਹ ਦੋਸ਼ ਹਜ਼ਾਰਾਂ ਗੁਰਦੁਆਰੇ ਦੇ ਬਾਹਰ ਜੋ ਸਿੱਖ ਬੈਠੇ ਹੋਣ ਪ੍ਰਦਰਸ਼ਨਕਾਰੀ ਪ੍ਰੋਟੈਸਟ ਕਰ ਰਹੇ ਹਨ ਇਹ ਦੋਸ਼ ਉਹਨਾਂ ਦਾ ਉਹਨਾਂ ਨੂੰ ਜਦੋਂ ਇੱਕ ਪੱਤਰਕਾਰ ਨੇ ਇਹ ਪੁੱਛਿਆ ਕਿ ਜਦੋਂ ਉਸਨੇ ਸੰਦੀਪ ਨੇ ਮਾਫੀ ਮੰਗ ਲਈ ਤਾਂ ਉਸ ਨੂੰ ਮਾਫ ਕਿਉਂ ਨਹੀਂ ਕੀਤਾ ਜਾਂਦਾ ਤਾਂ ਗੁਰਦੁਆਰੇ ਦੇ ਪ੍ਰਦਰਸ਼ਨੀਆਂ ਚੋਂ ਜਿਨ੍ਹਾਂ ਨੇ ਪੱਤਰਕਾਰ ਨਾਲ ਗੱਲ ਕੀਤੀ ਖੜੇ ਹੋ ਕੇ ਉਹਨਾਂ ਨੇ ਕਿਹਾ ਵੀ ਇਹ ਮਾਫੀ ਦੇਣ ਵਾਲੀ ਘਟਨਾ ਨਹੀਂ ਹੈ ਕਿਉਂਕਿ ਮਾਫੀ ਮੰਗਣ ਦਾ ਕੰਮ ਤੇ ਅਦਿੱਤਿਆਨਾਥ ਜੋਗੀ ਮਹੰਤ ਬਲਕਨਾਥ ਨੂੰ ਵੀ ਕਰਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਤਾਂ ਤਾੜੀਆਂ ਵਜਾਈਆਂ ਉਹਨਾਂ ਨੇ ਤੇ ਉਸ ਨੂੰ ਹੱਲਾਸ਼ੇਰੀ ਦਿੱਤੀ ਔਰ ਉਹਨਾਂ ਨੇ ਉਸ ਨੂੰ ਰੋਕਿਆ ਵੀ ਨਹੀਂ ਹੁਣ ਗੱਲ ਕਿੱਥੇ ਪਹੁੰਚ ਗਈ ਹੈ ਜੋ ਗੁਰਦੁਆਰਾ ਸਾਹਿਬ ਦੇ ਬਾਹਰ ਧਰਨੇ ਤੇ ਬੈਠੇ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਇੱਕ ਚਿੱਠੀ ਲਿਖ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਆਨੰਦਪੁਰ ਸਾਹਿਬ ਭੇਜੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਸਾਰਾ ਵਾਕਿਆ ਬਿਆਨ ਕੀਤਾ ਹੈ ਤੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਉਹ ਇਸ ਉੱਪਰ ਐਕਸ਼ਨ ਦੀ ਕਾਰਵਾਈ ਲਈ ਅਗੇ ਵਧਣ ਤੇ ਤਜ਼ਾਰਾ ਦੇ ਸਿੱਖਾਂ ਨੂੰ ਸੇਧ ਵੀ ਦੇ ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ अलवर ਦੀ ਭਾਰਤੀ ਜਨਤਾ ਪਾਰਟੀ ਨੇ ਭਾਜਪਾ ਨੇ ਉਸ ਨੂੰ ਪਾਰਟੀ ਚੋਂ ਬਰਖਾਸਤ ਕਰਤਾ ਉਹਨੂੰ ਕੱਢ ਦਿੱਤਾ ਚਾਹੇ ਉਸ ਨੇ ਮਾਫੀ ਮੰਗ ਲਈਏ ਇਹ ਵੀ ਦੱਸਿਆ ਜਾਂਦਾ ਹੈ ਕਿ ਉਸਨੇ ਤਜ਼ਾਰਾ ਦੇ ਇੱਕ ਗੁਰਦੁਆਰੇ ਚ ਜਾ ਕੇ ਕੁਝ ਸੇਵਾ ਵੀ ਕੀਤੀ ਹੈ ਸਫਾਈ ਦੀ ਝਾੜੂ ਪੂੰਛੇ ਦੀ ਕਿ ਉਸ ਦਾ ਪ੍ਰਤੀ ਸਿੱਖਾਂ ਦਾ ਹਿਰਦੇ ਕੁਝ ਨਰਮ ਹੋ ਜਾ ਸਿੱਖ ਨੇ ਇਹ ਦੱਸਿਆ ਕਿ ਉਸਨੇ ਆਪਣੀ ਲਿਖਤੀ ਮਾਸਤੀ ਗੁਰਦੁਆਰੇ ਵਿੱਚ ਦਿੱਤੀ ਹੈ ਇਸ ਵਿੱਚ ਨਹੀਂ ਕਿਸੇ ਹੋਰ ਵਿੱਚ ਪਰ ਉਹਨਾਂ ਨੇ ਕਿਹਾ ਬਈ ਇਹ ਮਾਫੀ ਦੇਣਯੋਗ ਬਿਆਨ ਨਹੀਂ ਹੈਗਾ ਇਸ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਦੇਖਣ ਵਾਲੀ ਗੱਲ ਹੈ ਕਿ ਜੋ ਕੁਝ ਸੰਦੀਪ ਦਾਇਮਾ ਨੇ ਕਿਹਾ ਉਹਦਾ ਜੋ ਮਿਸ਼ਨ ਤੇ ਮਨੋਰਥ ਸੀ ਉਹ ਤਾਂ ਪੂਰਾ ਹੋ ਗਿਆ ਕਿਉਂਕਿ ਉਥੋਂ ਦੀ ਕਮਿਊਨਿਟੀ ਜਿਹੜੀ ਹੈ ਇੱਕਦਮ Hindu versus Musalman ਤੇ Sikh ਇੱਕ ਵੱਡੀ ਦਰਾੜ ਖੜੀ ਹੋ ਗਈ ਔਰ ਉਹਨਾਂ ਪਰ ਦਰਸ਼ਨੀ ਕਰਨ ਵਾਲੇ ਸਿੱਖਾਂ ਦੀਆਂ ਗੱਲਾਂ ਬਾਤਾਂ ਚੋਂ ਇਹ ਲੱਗ ਰਿਹਾ ਸੀ ਕਿ ਉਹ ਭਾਜਪਾ ਨੂੰ ਵੋਟ ਨਹੀਂ ਪਾਣਗੇ ਮੁਸਲਮਾਨਾਂ ਨੇ ਤੇ ਪਹਿਲੇ ਹੀ ਨਹੀਂ ਪਾਣੀ ਔਰ ਜਿਹੜਾ ਦਾਇਮਾ ਇਹ ਗੁਜਰ ਸਮੁਦਾਏ ਨੂੰ ਰਿਪਰੈਜ਼ੈਂਟ ਕਰਦਾ ਤਾਂ ਦਾਇਮਾ ਉੱਪਰ ਜੋ ਐਕਸ਼ਨ ਮੰਗਿਆ ਜਾ ਰਿਹਾ ਤੇ ਉਸ ਨੇ ਜੋ ਕਿਹਾ ਉਹਦੇ ਨਾਲ ਜਿਹੜੀ ਗੁਜਰ ਵੋਟ ਹੈ ਉਹਦਾ ਕੁਝ ਹਿੱਸਾ ਜਬ ਬਹੁਤ ਵੱਡਾ ਹਿੱਸਾ ਤਾਂ ਬੀਜੇਪੀ ਨੂੰ ਮਿਲਣ ਦੀ ਸੁਭਾਵਨਾ ਹੈ ਇਸ ਲਈ ਉਥੋਂ ਦੀ ਬੀਜੇਪੀ ਦੇ ਲੀਡਰ ਖੁਸ਼ ਹਨ ਮਹਾਂਤ ਬਾਲਕਨਾਥ ਜੀ ਵੀ ਖੁਸ਼ ਹਨ ਕਿ ਉਹਨਾਂ ਦਾ ਜਿਹੜਾ ਧਰਮ ਦੇ ਹਜ਼ਾਰ ਤੇ ਵੋਟਰਾਂ ਨੂੰ ਮੋੜਨਾ ਸੀ ਉਹ ਪੱਕੀ ਡੂੰਗੀ ਖਾਈ ਭਾ ਕੇ ਇੱਕ ਦਰਾੜ ਭਾ ਕੇ ਵੰਡ ਵੰਡਾਈ ਹੋਗੀ ਹੁਣ ਸਵਾਲ ਇਹ ਹੈ ਕਿ ਅਨੰਦਪੁਰ ਸਾਹਿਬ ਦੇ ਜਥੇਦਾਰ ਸਾਹਿਬ ਯਾਨੀ ਤਕਸਰੀ ਕੇਸਗੜ ਸਾਹਿਬ ਦੇ ਜਥੇਦਾਰ ਸਾਹਿਬ ਕਿ ਇਕੱਲਾ ਫੈਸਲਾ ਤੇ ਲੈਣਗੇ ਨਹੀਂ ਉਹਨਾਂ ਨੂੰ ਇਹ ਜੋ ਚਿੱਠੀ ਤਜਾਰਾ ਦੇ ਸਿੰਘਾਂ ਨੇ ਉਹਨਾਂ ਨੂੰ ਭੇਜੀ ਹੈ ਇਸ ਨੂੰ ਤਕਸਰੀ ਕੇਸਗੜ ਸਾਹਿਬ ਦੇ ਜਥੇਦਾਰ ਜੀ ਤਕਸਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਅੱਗੇ ਰੱਖਣਗੇ ਅਤੇ ਪੰਜ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਦੀ ਪਰਦਾਨਗੀ ਵਿੱਚ ਜੋ ਮੀਟਿੰਗ ਹੋਏਗੀ ਉੱਥੇ ਫੈਸਲਾ ਲਿਆ ਜਾਏਗਾ ਕਿ ਇਸ ਦਾ ਕੀ ਕਰਨਾ 19 ਡੇਰ ਤੱਕ ਤਜਾਰਾ ਦੇ ਗੁਰਦੁਆਰੇ ਬਾਅਦ ਧਰਨਾ ਵੀ ਜਾਰੀ ਰਹੇਗਾ ਸਿੱਖਾਂ ਦਾ ਪ੍ਰੋਟੈਸਟ ਵੀ ਜਾਰੀ ਰਹੇ ਤਜਾਰਾ ਦੇ ਸਿੱਖਾਂ ਨੇ ਇੱਕ ਹੋਰ ਬੜੀ ਵਧੀਆ ਗੱਲ ਦੱਸੀ ਉਸ ਤੱਥ ਨੂੰ ਸਾਹਮਣੇ ਰੱਖੀਏ ਤਾਂ ਗੱਲਬੱਲੀ ਸਪਸ਼ਟ ਹੋ ਜਾਂਦੀ ਹੈ ਕਿ ਸੰਦੀਪ ਦਾਇਮਾ ਨੇ ਜਿੱਥੇ ਮਸਜਿਦ ਦੀ ਗੱਲ ਕਹੀ ਉੱਥੇ ਨਾਲ ਗੁਰਦੁਆਰੇ ਨੂੰ ਵੀ ਕਿਉਂ ਜੋੜਿਆ ਉਹਦਾ ਕਾਰਨ ਇਹ ਹੈ ਕਿ ਜੋ ਪਿਛਲੀ ਇੱਥੇ ਦੀ ਚੋਣ ਹੋਈ ਸੀ ਉਹਦੇ ਵਿੱਚ ਸੰਦੀਪ ਦਾਇਮਾ ਬੀਜੇਪੀ ਵੱਲੋਂ ਤਿਜਾਰਾ ਦੀ ਜੋ ਅਸੈਂਬਲੀ ਕੌਨਸਟਿਟੂਐਂਸੀ ਆ ਉਸ ਵਿੱਚ ਖੜਾ ਸੀ ਅਤੇ ਉਹ ਚੋਣ ਹਾਰ ਗਿਆ ਉਸ ਦੀ ਚੋਣ ਹਾਰਨ ਦਾ ਕਾਰਨ ਜਿਹੜਾ ਸੀ ਜੋ ਉੱਥੋਂ ਗੁਰਦੁਆਰੇ ਦੇ ਬਾਹਰ ਬੈਠੇ ਸਿੰਘਾਂ ਨੇ ਦੱਸਿਆ ਕਿ ਉਹ ਉਹਨਾਂ ਨੇ ਵੋਟਾਂ ਏਸ ਦੇ ਵਿਰੁੱਧ ਪਾਈਆਂ ਸੀ ਉਹਨਾਂ ਨੇ ਕਿਹਾ ਸੀ ਵੋਟਾਂ ਇਹਦੇ ਵਿਰੁੱਧ ਇਸ ਲਈ ਪਾਈਆਂ ਸੀ ਕਿ ਏਸ ਚੰਗੇ ਕਿਰਦਾਰ ਦਾ ਇਨਸਾਨ ਨਹੀਂ ਆਗਾ ਤੋਂ ਉੱਥੋਂ ਬੀਐਸਪੀ ਦਾ ਕੈਂਡੀਡੇਟ ਜਿੱਤਿਆ ਸੀ ਇਮਰਾਨ ਖਾਨ ਇਮਰਾਨ ਖਾਨ ਬਹੁਜਨ ਸਮਾਜ ਪਾਰਟੀ ਛੱਡ ਕੇ ਬਾਅਦ ਵਿੱਚ ਕਾਂਗਰਸ ਵਿੱਚ ਉਹਨੇ ਡਿਫੈਕਟ ਕਰ ਲਿਆ ਦਲ ਬਦਲ ਲਿਆ ਇਸ ਵਾਰੀ ਕਾਂਗਰਸ ਨੇ ਇਮਰਾਨ ਖਾਨ ਨੂੰ ਟਿਕਟ ਦਿੱਤੀ ਹੈ ਮਹਾਂਤ ਬਾਲਕਨਾਥ ਦੇ ਵਿਰੁੱਧ ਸੋ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਜੋ 7 ਐਮਪੀ ਉਤਾਰੇ ਹਨ ਰਾਜਸਥਾਨ ਚ ਐਮਐਲਏ ਦੀਆਂ ਚੋਣਾਂ ਜਿੱਤਣ ਲਈ ਕਿਉਂਕਿ ਉਹਨਾਂ ਨੂੰ ਹਾਰ ਨਜ਼ਰ ਆ ਰਹੀ ਸੀ ਇਸੇ ਤਰ੍ਹਾਂ ਉਹਨਾਂ ਨੇ ਮੱਧ ਪ੍ਰਦੇਸ਼ ਐਮਪੀ ਚ ਵੀ ਕੁਝ ਐਮਪੀ ਭੇਜੇ ਇਸੇ ਤਰ੍ਹਾਂ ਛੱਤੀਸਗੜ੍ਹ ਚ ਵੀ ਭੇਜੇ ਸੋ ਉਹਨਾਂ ਨੇ ਵੱਡੇ ਵੱਡੇ ਲੀਡਰਾਂ ਨੂੰ ਐਮਐਲਏ ਦੀ ਚੋਣ ਲੜਨ ਲਈ ਭੇਜਿਆ ਉਹਨਾਂ ਚੋਂ ਇੱਕ ਇਹ ਜਿਹੜੀ ਚਰਚਾ ਦੀਨ ਇਹ ਮੰਤ ਬਲਕ ਨਾਥ ਦੀ ਹੈ ਮੰਤ ਬਲਕ ਨਾਥ ਪਿਛਲੀ ਵਾਰ ਜੋ ਪਾਰਲੀਮੈਂਟ ਦੀ ਸੀ 3 ਲੱਖ ਦੇ ਮਾਰਜਨ ਨਾਲ ਕਾਂਗਰਸ ਕੈਂਡੀਡੇਟ ਤੋਂ ਜਿੱਤੇ ਸੀ ਔਰ ਉਹਨਾਂ ਦੀ ਤਕਰੀਬਨ ਹਰ ਅਸੈਂਬਲੀ ਸੈਗਮੈਂਟ ਜੋ ਅਲਵਰ ਦੀ ਪਾਰਲੀਮੈਂਟ ਸੀਟ ਦਾ ਹਿੱਸਾ ਹਨ ਉਹਦੇ ਤੇ 10000 ਤੋਂ ਲੈ ਕੇ 30000 ਤੱਕ ਉਹਦੀ ਭੜਤ ਰਹੀ ਤੋਂ ਇਸ ਕਰਕੇ ਜਿਹੜਾ ਮਾਰਜਿਨ ਸੀ ਉਹ ਤੁਸੀਂ ਦੇਖ ਸਕਦੇ ਹੋ 3 ਲੱਖ ਹੈ ਇਸੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮਾਨਤ ਨੂੰ ਇਥੋਂ ਚੋਣ ਲੜਨ ਨਹੀਂ ਗਿਆ ਕਿ ਉਹਦਾ ਮਾਰਜਨ ਇੰਨਾ ਹੈ ਤੇ ਉਹ ਜਿੱਤ ਜਾਏਗਾ ਹੁਣ ਸਵਾਲ ਹੈ ਕਿ ਬਈ ਇਸ ਚੋਣ ਚ ਕੌਣ ਜਿੱਤਦਾ ਇਸ ਬਾਰੇ ਅੱਲੇ ਤੇ ਕੁਝ ਨਹੀਂ ਕਿਹਾ ਜਾਦਾ ਜਦੋਂ ਵੋਟਾਂ ਪੈਣਗੀਆਂ ਉਦੋਂ ਹੀ ਸਾਰਾ ਕੁਝ ਸਪਸ਼ਟ ਹੋਏਗਾ ਪਰ ਜਿਹੜਾ ਇਹ ਮੁੱਦਾ ਇਸ ਮੁੱਦੇ ਨੇ ਜੋ ਹੁਣ ਰੰਗਤ ਤੇ ਦਿਸ਼ਾ ਲਈ ਹੈ ਉਸ ਨਾਲ ਸਾਰੇ ਦੇਸ਼ ਵਿੱਚ ਸਿੱਕਾ ਨੂੰ ਫਿਰ ਇਕ ਕੱਲੇ ਪੰਦੀ ਜੋ ਭਾਵਨਾ ਉਸਨੇ ਉਹਨਾਂ ਦੇ ਹਿਰਦਿਆਂ ਤੇ ਛਾਇਆ ਕਰ ਦਿੱਤੀ ਹੈ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕਿ ਵੀ ਕਿਵੇਂ ਸਿੱਖਾਂ ਦੀਆਂ ਧਾਰਮਿਕ ਸੰਸਥਾਵਾਂ ਨੂੰ ਕਿਸ ਤਰ੍ਹਾਂ ਗ੍ਰਾਂਂਦ ਤੱਕ ਦੀ ਗੱਲ ਬੜੇ ਸੁਭਾਵਕ ਵੀ ਤਰੀਕੇ ਨਾਲ ਕਹਿ ਕੇ ਤੋਂ ਭਾਜਪੀ ਦੇ ਵੱਡੇ ਵੱਡੇ ਲੀਡਰ ਤਾਂ ਨਹੀਂ ਜੋ ਯੂਪੀ ਦੇ ਚੀਫ ਮਿਨਿਸਟਰ ਹਨ ਉਹਨਾਂ ਦਾ ਕਈ ਵਾਰੀ ਨਾਂ ਜੋ ਹੈ ਦੇਸ਼ ਦੇ ਪ੍ਰਾਈਮ ਮਿਨਿਸਟਰ ਲਈ ਵੀ ਉਹ ਵੀ ਇੱਕ ਯੋਗ ਸੰਸਥਾ ਦੇ ਧਾਰਮਿਕ ਮੁਖੀ ਰਹੇ ਹਨ ਬਾਅਦ ਵਿੱਚ ਉਹਨਾਂ ਨੇ ਯੂਪੀ ਵਿੱਚ ਇਲੈਕਸ਼ਨ ਲੜੀ ਤਾਂ ਉਹਨਾਂ ਨੇ ਉਸ ਤੋਂ ਪਹਿਲੇ 5 ਵਾਰੀ ਮੈਂਬਰ ਪਾਰਲੀਮੈਂਟ ਵੀ ਰਹਿ ਚੁੱਕੇ ਹਨ ਅਤੇ ਪਿਛਲੀ ਦੋ ਵਾਰੀ ਤੋਂ ਯੂਪੀ ਵਿੱਚ ਐਮਐਲਏ ਦੀ ਚੋਣ ਜਿੱਤ ਕੇ ਯੂਪੀ ਦੇ ਦੂਜੀ ਵਾਰੀ ਚੀਫ ਮਿਨਿਸਟਰ ਬਣੇ ਸੋ ਇਹ ਚਰਚਾ ਜਿਹੜੀ ਹੈ ਇਸ ਦਾ ਹੁਣ ਅਗਲਾ ਪੜਾਅ ਅਗਲੇ ਪੜਾਅ ਵਿੱਚ ਹੈ ਕਿ ਕਿਸੇ ਵੀ ਭਾਜਪਾ ਦੇ ਨੈਸ਼ਨਲ ਲੀਡਰ ਨੇ ਯਾਨੀ ਕਿ ਉਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਜੇਪੀ ਨੱਡਾ ਜੀ ਨੇ ਇਸ ਗੱਲ ਦੀ ਹੁਣ ਤੱਕ ਕੋਈ ਆਲੋਚਨਾ ਨਹੀਂ ਕੀਤੀ ਨਾ ਹੀ ਰਾਜਸਥਾਨ ਦੀ ਬੀਜੇਪੀ ਦੇ ਸਟੇਟ ਦੇ ਪ੍ਰਧਾਨ ਨੇ ਇਸ ਨੂੰ ਕੰਡਨਮ ਕੀਤਾ ਨਾ ਹੀ ਅਦਿੱਤਿਆਨਾਥ ਜੋਗੀ ਜੀ ਨੇ ਕੀਤਾ ਅਤੇ ਨਾ ਹੀ ਇਥੋਂ ਦੇ ਕੈਂਡੀਡੇਟ ਮਹੰਤ ਬਲਗਨਾਥ ਜੀ ਨੇ ਕੀਤਾ ਤੁਹਾਡੇ ਸਾਹਮਣੇ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਦੇਸ਼ ਦੇ ਪ੍ਰਾਈਮ ਮਿਨਿਸਟਰ ਬਿਲਕੁਲ 54 ਉਹਨਾਂ ਨੇ ਮੂੰਹ ਨਹੀਂ ਖੋਲਿਆ ਅਤੇ ਨਾ ਹੀ ਦੇਸ਼ ਦੇ ਜੋ ਗ੍ਰਹਿ ਮੰਤਰੀਆਂ ਅਮਿਤ ਸ਼ਾਹ ਜੀ ਨੇ ਇਸ ਘਟਿਆ ਘਟਨਾ ਬਾਰੇ ਇਸ ਘਟਿਆ ਸਟੇਟਮੈਂਟ ਬਾਰੇ ਜੋ ਸਿੱਖਾਂ ਦੀ ਇੱਕ ਕਿਸਮ ਦੀ અપਮਾਨਜਨਕ ਹੈ ਉਸ ਬਾਰੇ ਕੋਈ ਕੀਤਾ ਵਿਚਾਰ ਜਾਂ ਸਟੇਟਮੈਂਟ ਦਿੱਤੀ ਹੈ ਜਾਂ ਨਿੰਦਾ ਕੀਤੀ ਹੈ ਜਾਏ ਕਿ ਆ ਵੀ ਇਹ ਮਾੜੀ ਗੱਲ ਵੀ ਹੈ ਬਿਲਕੁਲ ਨਹੀਂ ਪਰ ਪੰਜਾਬ ਵਿੱਚੋਂ ਸਾਬਕਾ ਮੁੱਖ ਮੰਤਰੀ ਜੋ ਬੜੇ ਪ੍ਰਾਣੇ ਕਾਂਗਰਸੀਆਂ ਪਿਛਲੇ 50 ਸਾਲ ਦੇ ਜੋ ਦਲ ਬਦਲ ਕੇ ਅੱਜਕੱਲ ਬੀਜੇਪੀ ਵਿੱਚ ਹਨ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਦੀ ਨੈਸ਼ਨਲ ਐਗਜ਼ੀਕਟਿਵ ਦੇ ਮੈਂਬਰ ਹਨ ਉਹਨਾਂ ਨੇ ਫਿਰ ਸਭ ਤੋਂ ਪਹਿਲੇ ਸਟੇਟਮੈਂਟ ਦਿੱਤੀ ਇਸ ਨੂੰ ਕੰਡਮ ਕੀਤਾ ਪੰਜਾਬ ਵਿੱਚ ਅਤੇ ਉਹਦੇ ਉੱਪਰ ਐਕਸ਼ਨ ਮੰਗਿਆ ਉਹਨਾਂ ਦੇ ਐਕਸ਼ਨ ਮੰਗਣ ਤੋਂ ਬਾਅਦ ਜੋ ਭਾਜਪਾ ਨੂੰ ਫੁਰਨਾ ਫੁਰਿਆ ਸੋ ਅਲਵਰ ਦੀ ਜੋ ਭਾਜਪਾ ਹੈ ਉਸ ਦੇ ਪ੍ਰਧਾਨ ਤੋਂ ਉਹਨਾਂ ਨੇ ਸੰਦੀਪ ਦਾਇਮਾ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੰਦੀਪ ਦਾਇਮਾ ਨੇ ਇੱਕ ਵੀਡੀਓ ਰਿਲੀਜ਼ ਕੀਤੀ ਜਿਸ ਵਿੱਚ ਉਹਨੇ ਮਾਫੀ ਮੰਗੀ ਉਹ ਸੁਣੋ ਉਹ ਕਹਿੰਦਾ ਕੀ ਹੈ ਸੰਦੀਪ ਦਾਇਮਾ ਕਹਿੰਦਾ ਹੈ ਕਿ ਮੈਂ ਮੁਸਲਮਨ ਤੇ ਮਦਰਸੇ ਕਹਨੇ ਸੀ ਮੈਂ ਮੁਸਲਮਾਨ ਤੇ ਮਦਰਸੇ ਕਹਨੇ ਸੀ ਮੇਰੇ ਤੋਂ ਸਲਿੱਪ ਆਫ ਟੰਗ ਹੋ ਗਈ ਤੇ ਮੈਂ ਗੁਰਦੁਆਰੇ ਕਹਿ ਦਿੱਤਾ ਯਾਨੀ ਗੁਰਦੁਆਰਾ ਤੇ ਮਦਰਸਾ ਉਹਦੇ ਵਿੱਚ ਜਿਵੇਂ ਕੋਈ ਅੰਤਰ ਹੁੰਦਾ ਹੀ ਨਹੀਂ ਦੋ ਵੱਖ-ਵੱਖ ਧਰਮਾਂ ਦੀਆਂ ਵੱਖ-ਵੱਖ ਸੰਸਥਾਵਾਂ ਪਰ ਜੇ ਇਹ ਸਲਿੱਪ ਆਫ ਟੰਗ ਹੁੰਦੀ ਤਾਂ ਉਸੇ ਲਈ ਕਹਿੰਦਾ ਕਿ ਮੇਰੇ ਤੋਂ ਗਲਤੀ ਹੋ ਗਈ ਮੈਂ ਇਹ ਕਹਿਣਾ ਚਾਹੁੰਦਾ ਉਹਨੇ ਆਪਣੇ ਆਪ ਨੂੰ ਸਵੈ ਕਰੈਕਸ਼ਨ ਵੀ ਨਹੀਂ ਕੀਤੀ ਆਪਣੇ ਆਪ ਨੂੰ ਜਿਹਨੂੰ ਕਹਿੰਦੇ ਸਵੈ ਰੂਪ ਵਿੱਚ ਸੋਧਣਾ ਉਸਨੇ ਆਪਣੀ ਦਿੱਤੀ ਹੋਈ ਭਾਸ਼ਣ ਦੀ ਸਪੀਚ ਵਿੱਚ ਸੋਧਿਆ ਵੀ ਨਹੀਂ ਔਰ ਜਿਹੜੀ ਸਭ ਤੋਂ ਫਿਕਰ ਵਾਲੀ ਗੱਲ ਹੈ ਕਿ ਯੂਪੀ ਦੇ ਮੁੱਖ ਮੰਤਰੀ ਨੇ ਵੀ ਕੁਝ ਨਹੀਂ ਕੀਤਾ ਹੁਣੇ ਜੋ ਬੁਲਡੋਜ਼ਰਾਂ ਦੀ ਗਿਣਤੀ 100 150 ਦੀ ਤੁਸੀਂ ਭਰਨ ਤੇ ਨਾਮਿਨੇਸ਼ਨ ਜਾ ਰਹੇ ਹੋ ਤੁਸੀਂ ਆਪਣਾ ਇਮੇਜ ਇਹ ਦੇ ਰਹੇ ਹੋ ਕਿ ਤੁਸੀਂ ਬੁਲਡੋਜ਼ਰ ਜਾਨਿਕ ਬੁਲਡੋਜ਼ਰ ਇੱਕ ਸਿੰਬਲ ਹੈ ਮੁਸਲਮਾਨਾਂ ਦੇ ਵਿਰੁੱਧ ਜ਼ੁਲਮ ਕਰਨ ਦਾ ਉਹਨਾਂ ਤੇ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਘਰ ਢਾਹਣ ਦਾ ਉਹਨਾਂ ਦੀਆਂ ਬਿਲਡਿੰਗਾਂ ਢਾਹਣ ਦਾ ਇਹ ਇੱਕ ਸਿੰਬਲ ਹੈ ਇਹ ਸਿੰਬਲ ਨਾਲ ਮਹੰਤ ਬਲਕਨਾਥ ਆਪਣੇ ਆਪ ਨੂੰ ਆਈਡੈਂਟੀਫਾਈ ਕਰ ਰਹੇ ਹਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿੱਥੋਂ ਤੱਕ ਠੀਕ ਹੋਏਗਾ ਤੇ ਸਮਝ ਦੱਸੇਗਾ ਕਿ ਉਹ ਰਾਜਸਥਾਨ ਦੇ ਮੁੱਖ ਮੰਤਰੀ ਵੀ ਬਣਨਾ ਚਾਹੁੰਦੇ ਤੇ ਆਪਣੇ ਆਪ ਨਾਲ ਉਹਨਾਂ ਨੇ ਬੁਲਡੋਜ਼ਰ ਨਾਲ ਆਈਡੈਂਟੀਫਾਈ ਕੀਤਾ ਅਤੇ ਯੂਪੀ ਤੋਂ ਏਸੀ ਮੰਟੈਲਿਟੀ ਦੇ ਇਸ ਨਿੰਦਣਯੋਗ ਮੰਟੈਲਿਟੀ ਦੇ ਘਟੀਆਂ ਮੰਟੈਲਿਟੀ ਵਾਲੇ ਮੁੱਖ ਮੰਤਰੀ ਅਦਿੱਤਿਆ ਜੋਗੀ ਜੀ ਵੀ ਸਟੇਜ ਤੇ ਪ੍ਰੈਜ਼ੈਂਟ ਸਨ ਬ੍ਰਿਜਮਾਨ ਸਨ ਸੋ ਹੁਣ ਅਸੀਂ ਗੱਲ ਕਰਦੇ ਆਂ ਪੰਜਾਬ ਦੀ ਜੋ ਅਲੋਚਨਾ ਕੀਤੀ ਕੰਡਮ ਕੀਤਾ ਸਾਰਾ ਕੁਝ ਕੀਤਾ ਬੀਜੇਪੀ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਔਰ ਇਸ ਤੋਂ ਬਾਅਦ ਉਹਨਾਂ ਦੀ ਬੇਟੀ ਜੋ ਪੰਜਾਬ ਵਿੱਚ ਆਪਣੇ ਐਮਪਾਇਰ ਜਮਾਣਾ ਚਾਹੁੰਦੀ ਹੈ ਪਰ ਹਲੇ ਤੱਕ ਜਮ ਨਹੀਂ ਰੇ ਉਹਨੂੰ ਉਹ ਇੱਕ ਦਲ ਬਣਾ ਕੇ ਇੱਕ ਬੀਜੇਪੀ ਦੇ ਸਿੱਖ ਮੈਂਬਰਾਂ ਦਾ ਡੈਪੂਟੀਸ਼ਨ ਲੈ ਕੇ ਚੰਡੀਗੜ੍ਹ ਦੇ ਸੈਕਟਰ 39 ਦੇ ਥਾਣੇ ਵਿੱਚ ਇੱਕ ਐਫ ਆਈ ਆਰ ਰਜਿਸਟਰ ਕਰਨ ਲਈ ਸੰਦੀਪ ਦਾਇਮੇ ਵਿਰੁੱਧ ਦੇ ਗਈ ਹੈ ਤੁਸੀਂ ਹਰਾਂਵੋਗੇ ਤੁਹਾਨੂੰ ਅਸੀਂ ਫੋਟੋ ਜ ਦਿਖਾਵਾਂਗੇ ਕਿ ਉਹ ਇਸ ਤਰ੍ਹਾਂ ਉਥੋਂ ਦੇ ਐਸਐਚਓ ਨੂੰ ਜਾਓ ਜਿਹੜਾ ਵੀ ਪੁਲਿਸ ਅਫਸਰ ਹੈ ਉਹਨੂੰ ਇਸ ਤਰ੍ਹਾਂ ਆਪਣੀ ਕੰਪਲੇਂਟ ਫੜਾ ਰਹੇ ਜਿਵੇਂ ਉਸ ਦਾ ਸਨਮਾਨ ਕਰ ਰਹੇ ਹੋ ਯਾਨੀ ਕਿ ਇਸ ਤਰ੍ਹਾਂ ਕਰਕੇ ਉਹਨਾਂ ਨੇ ਫੜਾਈ ਹੈ ਉਹਦੀ ਫੋਟੋ ਤੁਹਾਨੂੰ ਦਿਖਾਵਾਂਗੇ ਤੁਸੀਂ ਦੇਖ ਕੇ ਰਾਹ ਨੂੰ ਜਾਓਗੇ ਔਰ ਮੇਰਾ ਸਵਾਲ ਇਹ ਹੈ ਬੀਬੀ ਜੈ ਇੰਦਰ ਕੋਰ ਜੀ ਨੂੰ ਵੇ ਤੁਸੀਂ ਕੰਪਲੇਂਟ ਪਟਿਆਲੇ ਦੇ ਰਹਿਣ ਵਾਲੇ ਹੋ ਤੇ ਪਟਿਆਲਾ ਪੁਲਿਸ ਸਟੇਸ਼ਨ ਚ ਕਿਉਂ ਨਹੀਂ ਕਰਾਈ ਇਹਦੇ ਪਿੱਛੇ ਕੀ ਸੋਚ ਕੰਮ ਕਰ ਰਹੀ ਹੈ ਮੈਂ ਉਹਦੇ ਨਾਲ ਤੁਹਾਡੀ ਜਾਣਕਾਰੀ ਕਰਾਨਾ ਉਹਦੇ ਨਾਲ ਇਹ ਹੈ ਕਿ ਚੰਡੀਗੜ੍ਹ ਜਿਹੜਾ ਇੱਥੋਂ ਦੀ ਪੁਲਿਸ ਤੇ ਚੰਡੀਗੜ੍ਹ ਪ੍ਰਸ਼ਾਸਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੇ ਅੰਡਰ ਹੈ ਤਾਂ ਜੇਕਰ ਇਹ ਜੋ ਦਰਜ ਕੀਤੀ ਗਈ ਹੈ ਕੰਪਲੇਂਟ ਉਹਦੇ ਵਿੱਚ ਜੇਕਰ ਸੰਦੀਪ ዳਇਮਾ ਨੂੰ ਮਦਦ ਕਰਨੀ ਹੋਵੇ ਭਾਜਪਾ ਵਾਲਿਆਂ ਨੇ ਕਿਉਂਕਿ ਉਹ ਜੋ ਬੋਲਿਆ ਭਾਜਪਾ ਦੀ ਫਿਲਾਸਫੀ ਮੁਤਾਬਕ ਹੀ ਬੋਲਿਆ ਉਹਦੇ ਕੋਈ ਉਹਨੇ ਵੱਖਰੀ ਗੱਲ ਤੇ ਨਹੀਂ ਕਹੀ ਮੁਸਲਮਾਨਾਂ ਬਾਰੇ ਸਭ ਰੋਜ਼ ਹੀ ਕਹਿ ਰਹੇ ਤੇ ਬੁਲਡੋజర్ ਅਦਿੱਤਿਆ ਜੋਗੀ ਜੀ ਮੁਸਲਮਾਨਾਂ ਦੀਆਂ ਜੋ ਜਦਾਦਾਂ ਜਿਹੜੇ ਉਹਨਾਂ ਦੇ ਕਮਰਸ਼ਲਨ ਦੁਕਾਨਾਂ ਉਹਨਾਂ ਨੂੰ ਮਕਾਨਾਂ ਝੁਗਿਆਂ ਚੋਪੜੀਆਂ ਨੂੰ ਉਹਨਾਂ ਨੂੰ ਡਿਮਾਲਿਸ਼ ਕਰਨ ਦਾ ਕੰਮ ਕਰਦੇ ਤਾਂ ਇਹ ਜੋ ਕੰਪਲੇਂਟ ਤਾਂ ਇੱਥੇ ਦੇ ਦਿੱਤੀ ਹੈ ਉਹਦੇ ਵਿੱਚ ਸਿਰਫ ਗੁਰਦੁਆਰਿਆਂ ਦਾ ਰੈਫਰੈਂਸ ਹੈ ਉਹਦੇ ਵਿੱਚ ਮਸਜਿਦ ਦਾ ਰੈਫਰੈਂਸ ਨਹੀਂ ਔਰ ਬੀਬੀ ਜੈ ਇੰਦਰ ਕੋਰ ਤੇ ਉਹਦੇ ਨਾਲ ਜੋ ਹੋਰ ਸਿੱਖ ਬੀਜੇਪੀ ਦੇ ਜੋ ਕਿ ਹੁਣੇ-ਹੁਣੇ ਅਕਾਲੀ ਦਲ ਤੇ ਕਾਂਗਰਸ ਤੋਂ ਆਪਣੀ ਪਾਰਟੀ ਬਦਲ ਕੇ ਦਲ ਬਦਲੂ ਗਏ ਉਹ ਸਾਰੇ ਸੀਗੇ ਉਹਨਾਂ ਨੇ ਕਿੱਥੇ ਵੀ ਨਹੀਂ ਕਿਹਾ ਕਿ ਜਿਹੜਾ ਉਹਨਾਂ ਨੇ ਮੁਸਲਮਾਨਾਂ ਬਾਰੇ ਵੀ ਉਸਨੇ ਬਹੁਤ ਘਟੀਆ ਗੱਲ ਕੀਤੀ ਹੈ ਫਿਰਕਾ پرست ਗੱਲ ਕੀਤੀ ਹੈ ਦੋ ਧਰਮਾਂ ਵਿੱਚ ਫਸਾਦ ਘਰਾਣ ਵਾਲੀ ਗੱਲ ਕੀਤੀ ਹੈ ਉਸ ਦੀ ਨਿੰਦਾ ਕਰਦੇ ਹਨ ਉਸ ਦੀ ਨਿੰਦਾ ਨਹੀਂ ਕਰਦੇ ਇਸ ਦਾ ਮਤਲਬ ਇਹ ਹੋਇਆ ਕਿ ਇਹ ਜੋ ਸਿੱਖ ਲੀਡਰ ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਤੇ ਜਿਹੜਾ ਟੋਲਾ ਬੀਜੇਪੀ ਦੇ ਸਿੱਖਾਂ ਦਾ 39 ਸੈਕਟਰ ਦੇ ਪੁਲਿਸ ਸਟੇਸ਼ਨ ਚ ਐਫ ਆਈ ਆਰ ਲਈ ਦਸਖਾਸ ਦੇ ਕੇ ਗਿਆ ਇਹਨਾਂ ਨੂੰ ਮੁਸਲਮਾਨਾਂ ਬਾਰੇ ਜੋ ਉਹਨੇ ਕਿਹਾ ਉਹਦੇ ਤੇ ਕੋਈ ਇਤਰਾਜ਼ ਨਹੀਂ ਇਹ ਬੜੀ ਸ਼ਰਮਨਾਕ ਗੱਲ ਹੈ ਕਿ ਕਿਸੇ ਵੀ ਸਿੱਖ ਨੂੰ ਇਹ ਨਹੀਂ ਸੋਚਣਾ ਚਾਹੀਦਾ ਦੇ ਦੂਜੇ ਧਰਮ ਬਾਰੇ ਇਸ ਤਰ੍ਹਾਂ ਦੀਆਂ ਗੱਟੀਆਂ ਗੱਲਾਂ ਕਹੀਆਂ ਜਾਣ ਉਹਦੀ ਨਿੰਦਾ ਕਰਨੀ ਬਣਦੀ ਸੀ ਬਣਦੀ ਹੈ ਸੋ ਹੁਣ ਤੱਕ ਜੋ ਐਸਜੀਪੀਸੀ ਨੇ ਵੀ ਕੋਈ ਸਟੇਟਮੈਂਟ ਦਿੱਤੀ ਹੈ ਜਾਂ ਸ਼ਰੋਮਣੀ ਅਕਾਲੀ ਦਲ ਦੇ ਮੁਖੀ ਨੇ ਵੀ ਟਵਿੱਟਰ ਤੇ ਕੁਝ ਚੌਮਾਉ ਕੀਤਾ ਉਹਦੇ ਵਿੱਚ ਉਹਨਾਂ ਨੇ ਮੁਸਲਮਾਨਾਂ ਪ੍ਰਤੀ ਆਪਣਾ ਮੂੰਹ ਬੰਦ ਰੱਖਿਆ ਉਸ ਬਾਰੇ ਕੋਈ ਗੱਲ ਨਹੀਂ ਕਹੀ ਔਰ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਜਿੱਥੇ ਸਿੱਖ ਰੋਜ਼ ਅਰਦਾਸ ਕਰਦੇ ਹਨ ਤੇ ਸਰਬਤ ਦਾ ਭਲਾ ਮੰਦਿਆ ਉਹਨਾਂ ਦੀ ਇਹ ਕਾਰਵਾਈ ਹੋਵੇ ਕਿ ਆਪਣੇ ਆਪ ਨੂੰ ਕਹਿੰਦੇ ਹੋਣਗੇ ਸਿੱਖਾਂ ਅਕਾਲੀ ਦਲ ਦੇ ਮਾਲਕਾਂ ਅਕਾਲ ਤਖਤ ਜਿਹੜਾ ਹੈ ਉਹ ਸਾਡੇ ਅੰਦਰ ਹੈ ਐਸਜੀਪੀਸੀ ਸਾਡੇ ਅੰਦਰ ਹੈ ਸਾਡੇ ਹੁਕਮ ਨਾਲ ਚਲਦੀਆਂ ਨੇ ਸੰਸਥਾਵਾਂ ਉਹਨਾਂ ਵਿੱਚ ਇੰਨੀ ਜੁੜਤ ਵੀ ਨਾ ਹੋਵੇ ਪਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਉਹਨਾਂ ਨੇ ਇਹ ਕਿਉਂ ਨਹੀਂ ਕਿਹਾ ਮੁਸਲਮਾਨਾਂ ਵਾਲੇ ਹਿੱਸੇ ਨੂੰ ਉਹਨਾਂ ਨੇ ਕਿਉਂ ਨਹੀਂ ਕੰਡੈਮਨਡ ਕੀਤਾ ਕਿਉਂਕਿ ਸੁਖਬੀਰ ਬਾਦਲ ਜੋ ਮੁਖੀ ਅਨ ਸ਼੍ਰੋਮਣੀ ਅਕਾਲੀ ਦਲ ਦੇ ਉਹ ਹਰ ਮਿੰਟ ਸੋਚਦੇ ਹਨ ਕਿ ਸਾਨੂੰ ਕੋਈ ਟੈਲੀਫੋਨ ਕੋਈ ਸੁਨਿਆ ਆ ਜਾਏ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਿ 2024 ਦੀਆਂ ਚੋਣਾਂ 'ਚ ਸੀਸਾਨੀਆਂ ਇਲੈਕਸ਼ਨਾਂ ਲੜਾਂਗੇ ਤਾਂ ਉਹ ਹਰ ਵੇਲੇ ਜਿਵੇਂ ਗਿੱਦੜ ਰੇਗਿਸਤਾਨ ਚ ਊਂਟ ਦਾ ਬੁੱਲ ਸੋਚਦਾ ਕਿ ਗਿਰੇਗਾ ਗਿਰੇਗਾ ਊਂਟ ਦਾ ਬੁੱਲ ਗਿਰ ਨਹੀਂ ਰਿਹਾ ਕਿਉਂਕਿ ਜੇਕਰ ਕੋਈ ਸੰਝੋਤਾ ਬੀਜੇਪੀ ਨਾਲ ਨਾ ਹੋਇਆ 2024 ਦੀਆਂ ਇਲੈਕਸ਼ਨਾਂ ਤਾਂ ਸੁਖਬੀਰ ਬਾਦਲ ਫਿਰੋਜ਼ਪੁਰ ਤੋਂ ਅਤੇ ਹਰ ਸਿਮਰਤ ਕੋਰ ਜੋ ਬਠਿੰਡਾ ਪਾਰਲੀਮੈਂਟਰੀ ਕੰਸਟੀਟੂਐਂਸੀ ਹੈ ਉਹਨਾਂ ਵਿੱਚ ਉਹਨਾਂ ਦੀ ਜਿੱਤ ਜਿਹੜੀ ਹੈ ਉਹ ਦੂਰ ਦੀ ਗੱਲ ਬਣ ਜਾਏਗੀ ਬੜੀ ਮੁਸ਼ਕਲ ਦੀ ਗੱਲ ਬਣ ਜਾਏਗੀ ਇਸ ਕਰਕੇ ਉਹ ਜਿਹੜੀ ਬੀਜੇਪੀ ਦੀ ਵਿਚਾਰਤਾਰਾ ਐਂਟੀ ਮੁਸਲਮ ਉਸ ਦਾ ਪੂਰਾ ਪੂਰਾ ਸਮਰਥਨ ਬੋਲ ਕੇ ਨਹੀਂ ਕਰ ਰਹੇ ਪਰ ਮੌਨ ਵਰਤਤਾਰ ਕੇ ਚੁੱਪੀ ਧਾਰ ਕੇ ਮਸਤ ਰਹਿ ਕੇ ਕਰ ਰਹੇ ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲੇ ਮੈਂ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਜੋ ਤਜਾਰਾ ਦੇ ਸਿੱਖ ਹਨ ਉਹਨਾਂ ਦਾ ਇਸ ਵੇਲੇ ਮੁੱਖ ਜੋ ਹੈ ਉਹ ਸ੍ਰੀ ਕੇਸਗੜ੍ਹ ਸਾਹਿਬ ਵੱਲ ਹੈ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲ ਹੈ ਕਿ ਇੱਥੋਂ ਉਹਨਾਂ ਨੂੰ ਕੀ ਸੁਨੇਹਾ ਮਿਲਦਾ ਹੈ ਅਤੇ ਕੀ ਨਿਰਦੇਸ਼ ਜਾਂਦਾ ਹੈ ਉਸ ਦੇ ਮੁਤਾਬਕ ਉਹ ਅਗਲੀ ਕਾਰਵਾਈ ਕਰਨਗੇ ਪਰ ਜੇਕਰ ਸੁਖਬੀਰ ਬਾਦਲ ਦੇ ਮਨ ਵਿੱਚ ਖੋਟ ਹੋਇਆ ਅਤੇ ਉਹ ਭਾਜਪਾ ਤੋਂ ਅਲਾਈਅੰਸ ਪਾਲਦਾ ਕਿ ਉਹਨਾਂ ਨਾਲ ਉਹਦੀ 2024 ਵਿੱਚ ਹੋਏ ਤਾਂ ਹੋ ਸਕਦਾ ਹੈ ਜੋ ਫੈਸਲਾ ਅਗਾਲ ਤਖਸਬ ਨੇ ਦੇਣਾ ਉਹ ਵੀ ਉਸ ਨੂੰ ਪ੍ਰਭਾਵਿਤ ਕਰ ਸਕਦਾ ਹੈ ਸੱਤਰੀਆ ਗਾਲ